ਅਸਲਾਮੁਅਲੈਕਮ ਜੀ ਕੀ ਹਾਲ ਹੈ ਠੀਕ ਠਾਕ ਹੋ ਰੱਬ ਸੋਹਣੇ ਦੀ ਦੁਆ ਹੈ ਕਿ ਦੁਨੀਆ ਦੇ ਜਿਸ ਜਿਸ ਕੋ ਨੇ ਜਪਸ ਜੋ ਪੇ ਅੱਲਾ ਸੋਹਣਾ ਜਨਾਬ ਤੁਹਾਨੂੰ ਖੈਰੋ ਫਿੱਤਨਾ ਰੱਖੇ ਆਪਣਾ ਤੇ ਆਪਣੇ ਪਿਆਰਿਆਂ ਦਾ ਖਾਸ ख्याल ਰੱਖਿਆ ਕਰੋ ਇਹ ਤਾਂ ਨਾ ਜ਼ਿੰਦਗੀ ਹੈ ਮੈਂ ਜਨਾਬ ਚੌਧਰੀ ਬशीर ਪਿੰਡ ਬਾਸਰੀਆਂ ਤਹਿਸੀਲ ਖਾਰੀਆਂ ਤੇ ਜ਼ਿਲ੍ਹਾ ਗੁਜਰਾਤ ਨਾਲ ਤੱਲਕ ਮੇਰਾ ਪਹਿਚਾਨ ਮੇਰੀ ਤੇ ਅਸਲ ਸੌਦੀ ਅਰਬ ਰਿਆਦ ਵਿੱਚ ਬੈਠੇ ਹਾਂ ਤੇ ਤੁਹਾਨੂੰ ਸੁਰਜੀ ਨਵੇਂ ਸਾਲ ਦੀ ਮੁਬਾਰਕ ਸ਼ਹਿਰ ਦਿੰਦੇ ਆ ਅੱਜ 31 ਦਸੰਬਰ ਖਤਮ ਹੋ ਗਿਆ ਸਾਡੇ ਸਾਊਦੀ ਆਫ ਦਿ ਟਾਈਮ ਦੇ ਮੁਤਾਬਕ ਥੋੜ੍ਹਾ ਜਿਹਾ ਵਕਤ ਰਹਿ ਗਿਆ ਮਸਲਨ ਤਕਰੀਬਨ ਅੱਧਾ ਘੰਟਾ ਕਰ ਲੋ ਰਹਿ ਗਿਆ ਕੱਲ ਆਉਣ ਵਾਲੇ ਸਾਲ 'ਚ ਇੱਕ ਇਨਸਾ ਚੇਂਜ ਹੋ ਜਾਏਗਾ ਜਿੱਥੇ 21 ਲਿਖਿਆ ਸੀ ਉਥੇ 22 ਲਿਖ ਦਿੱਤੇਗਾ ਬਾਕੀ ਉਹ ਹੀ ਸਵੇਰ ਉਹੀ ਸ਼ਾਮ ਉਹੀ ਦਪਹਿਰ ਉਹੀ ਟਰਨ ਉਹੀ ਬੰਨ ਉਹੀ ਟਰਨ ਉਹੀ ਪਰਨ ਉਸੇ ਤਰ੍ਹਾਂ ਜ਼ਿੰਦਗੀ ਰਹੇਗੀ ਮੇਰੇ ਕੋਲ ਤੁਹਾਡੇ ਵਾਸਤੇ ਕੁਝ ਵੀ ਨਹੀਂ ਮਾਸਵਾਏ ਦੁਆਵਾਂ ਦੇ ਤੇ ਦੁਆਵਾਂ ਜਿਹੜੀਆਂ ਨੇ ਮੇਰੇ ਆਪਣੇ ਖਿਆਲ ਵਿੱਚ ਉਹ ਬੜੀਆਂ ਕੀਮਤੀ ਹੁੰਦੀਆਂ ਨੇ ਠੀਕ ਹੈ ਦੁਆਵਾਂ ਬੰਦੇ ਨੂੰ ਰੰਗ ਲਾ ਛੱਡਦੀਆਂ ਨੇ ਦੁਆਵਾਂ ਬੰਦੇ ਦੀ ਕਿਸਮਤ ਨੂੰ ਬਦਲ ਛੱਡਦੀਆਂ ਨੇ ਦੁਆਵਾਂ ਬੰਦੇ ਦੀਆਂ ਮੁਸ਼ਕਲਾਂ ਨੂੰ ਆਸਾਨ ਕਰਦੀਆਂ ਨੇ ਦੁਆ ਜਿਹੜੀ ਹੈ ਮੇਰੇ ਆਪਣੇ ਖਿਆਲ ਵਿੱਚ ਉਹਦਾ ਕੋਈ ਨਹੀਂ ਮੁੱਲ ਬਦਲ ਨਹੀਂ ਹੈ ਰੱਬ ਸੋਹਣੇ ਕੇ ਦੁਆ ਹੈ ਕਿ ਤੁਹਾਨੂੰ ਦੁਨੀਆ ਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਸਾਲ ਵਿੱਚ ਆਉਣੀਆਂ ਨੇ ਅੱਲਾਹ ਤਾਲਾ ਉਹਨਾਂ ਸਾਰੀਆਂ ਤੋਂ ਤੁਹਾਨੂੰ ਸੁਰਖਰ ਕਰੇ ਖੈਰ ਉਹ ਬਰਕਤ ਦੇ ਮੇਰਾ ਰੱਬ ਸੋਹਣਾ ਤੁਹਾਨੂੰ ਇੱਜ਼ਤ ਤੇ ਵਕਾਰ ਦੇ ਤੁਹਾਡੀ ਉਸ ਜ਼ਿੰਦਗੀ ਵਿੱਚ ਸਕੂਨ ਦੇ ਰਾਹਤ ਇਹ ਨਹੀਂ ਤਮਨਾਨ ਦੇ ਸਿਹਤ ਵੀ ਦੇ ਤੰਦਰੁਸਤੀ ਵੀ ਦੇ तो तरक्की दे जो जो थे जिन मिशन ने कोई प्रोग्राम ने ताला तु सारे प्रोग्रामा उन्हें कम ने अल्लाह तो तुम तो कामयाबी अता फरमाए दुआए उस परवर दिगार अगे जड़ा रहम करने और सिर्फ उस, वो ही जात ही सा रहम कर सकती है ठीक है रबर इजत तो ख़ानदान सब की हिफाजत करे मालिक कायनात थी खुशियाँ दे ਔਰ ਉਹ ਮੁਸ਼ਕਲ ਕਸ਼ਾ ਤੁਹਾਡੀ ਮੁਸ਼ਕਲਾਂ ਨੂੰ ਆਸਾਨ ਕਰੇ ਐਸੀ ਕੋਈ ਸ਼ੱਕ ਨਹੀਂ ਕਿ ਤੁਸੀਂ ਜਿਹੜੇ ਬੰਦੇ ਖਾਸ ਕਰ ਮੇਰੀ ਲਾਈਨ ਜਿਹੜੀ ਹੈ ਉਹ ਮੇਰਾ ਕਿਉਂਕਿ ਚੈਨਲ YouTube ਤੇ ਜਿਹੜਾ ਇਹ ਚੈਨਲ ਹੈ ਓਨਲੀ ਫॉर ਯੂ ਐਸਪੈਸ਼ਲੀ ਮਸਨ ਖਾਸ ਕਰ ਅਗਰ ਦੇਖਿਆ ਜੇ ਸਾਊਦੀ ਅਰਬ ਦੇ ਜਿਹੜੇ ਬੰਦੇ ਫਸੇ ਹੋਏ ਨੇ ਉਹਨਾਂ ਉਹਦੀ ਗਾਈਡਲਾਈਨ ਸੀ ਤੇ ਗਾਈਡਲਾਈਨ ਐਵੇਂ ਤੇ ਮਸਨ ਉਹਦੇ ਚ जे बंदे फ फंसे होते अल्लाह तला की दुआ है कि अल्लाह तला नवा साल आ रहा है ऐसे सदके मसलन सब मुश्किलों में आसान फरमाए नवा साल आ रहा है एक नमें ज मसलन टारगेट हो नवे लेकिन मैं दसा ना कि सिर्फ इनसे चेंज होते हैं जिंदगी सांझी उस मामोल के मुताबिक टुट पैंती है फिर एक और चीज बड़ी अच्छी मैं, मैं थोड़ी घठ देखी है कि जो ही साल खत्म होने से आंद ਤੇ ਅੱਜ ਐਸੀ ਹੁਣ ਵੀ ਲਿਕਿੰਗ ਥੋੜੀ ਕਾਟ ਸੀ ਫੇਸਬੁਕ YouTube ਬਾਰਕਤ ਦਾ ਨਾ ਚੀਜ਼ਾਂ ਨਾਲ ਕਿ ਜਨਾਬ ਮੇਰੇ ਕੋਲ ਕੋਈ ਗਲਤੀ ਹੋਈ ਗਈ ਇਸ ਤੋਂ ਮੈਨੂੰ ਮਾਫ ਕਰਿਆ ਜੀ ਸਰ ਜੀ ਮਾਫੀ ਰੋਜ਼ ਮੰਗ ਲਿਆ ਕਰੋ ਮਾਫੀ ਮੰਗਣ ਵਾਸਤੇ ਸਾਲਾਂ ਨੂੰ ਨਹੀਂ ਟੁੰਡੀਦਾ ਸਾਲਾਂ ਨੂੰ ਨਹੀਂ ਸੱਕੀਦਾ ਸਾਲਾਂ ਦੇ ਇਨਸਾਨਾਂ ਦਾ ਇੰਤਜ਼ਾਰ ਨਹੀਂ ਕਰੀਦਾ ਮਾਫੀ ਰੋਜ਼ ਮੰਗ ਲੋ ਸ਼ਾਮ ਨੂੰ ਜੇ ਬਬੋ ਨਾ ਤੁਸੀਂ ਪੂਰੀ ਦਿਹਾੜਾ گزار ਕੇ ਸ਼ਾਮੀ ਕੱਲਿਆਂ ਬੈੰਦੇ ਹੋ ਤੇ ਕੱਲਿਆਂ ਬਹਿ ਕੇ ਤੇ ਆਪਣਾ ਮਾਸਬਾ ਆਪੋਂ ਕਰਿਆ ਕਰੋ ਜੱਸ ਅੰਮ੍ਰਿਤਾਂ ਬੰਦਾ ਜੇ ਆਪਣਾ ਮਾਸਬਾ ਆਪਣੀਆਂ ਗਲਤੀਆਂ ਨੂੰ ਆਪੋਂ ਨੋਟ ਕਰੇ ਠੀਕ ਹੈ ਤੇ ਬੜਾ ਸਵਾਦ ਆਉਂਦਾ ਹੈ ਫਿਰ ਤੁਸੀਂ ਕੱਲਿਆਂ ਬਹਿ ਕੇ ਤੇ ਫਿਰ ਸੋਚੋ ਕਿਹ ਝਾੜੀ ਕਿਸ ਕਿਸ ਬੰਦੇ ਨਾਲ ਟਾਈਮ گزارਿਆ ਅੱਜੇ ਕਿਸ ਦਿਨਰ ਚੰਗੀ ਕੀਤੀ ਜੇ ਤੇ ਕਿਸ ਦਿਨਰ ਮਾੜੀ ਕੀਤੀ ਜੇ ਜਿਸ ਦਿਨਰ ਮਾੜੀ ਕੀਤੀ ਜੇ ਕੋਸ਼ਿਸ਼ ਕਰੋ ਉਹਦੇ ਕੋਲ ਜਾ ਕੇ ਮਾਫੀ ਮੰਗ ਲੋ ਲੋੜੀ ਨਾ ਪਵੇ ਜ਼ਰੂਰਤ ਨਾ ਪਵੇ ਸਾਲ ਦੇ ਇੰਤਜ਼ਾਰ ਕਰਨ ਦੀ ਜ਼ਰੂਰਤ ਨਾ ਪਵੇ ਆ ਕਹਿਣ ਦੀ ਕਿ ਇਹ ਸਾਲਿਸ਼ ਮੇਰੇ ਕੋਲ ਜਿਹਦੇ ਨਾਲ ਕੋਤਾਈ ਹੋਈ ਹੋਵੇ ਉਹ ਮੈਨੂੰ ਮaaf ਕਰ ਛੱਡੇ ਨਾ ਮਾਫੀ ਮੰਗਣੀ ਹੈ ਪਰਵਰਦੀਗਾਰ ਕੋਲੋਂ ਸਦਾ ਬਸੋਣੇ ਕੋਲੋਂ ਤੇ ਉਹਦੇ ਜਿਹੜੇ ਬਣਾਏ ਹੋਏ ਬੰਦੇ ਨੇ ਉਹਨਾਂ ਕੋਲ ਤੇ ਉਹਦੇ ਵਾਸਤੇ ਇੰਤਜ਼ਾਰ ਨਾ ਕਰਿਆ ਕਰੋ ਇਹ ਨਾ ਆਖਿਆ ਕਰੋ ਕਿ ਮਸਲਮ ਸਾਨੂੰ ਟਾਈਮ ਲੱਭੇ ਸਾਲ ਨਵਾਂ ਆਵੇ ਦਾ ਤੇ ਮਾਫ਼ੀਆਂ ਮੰਗ ਲਾਂਦੇ ਸ਼ਬਰਤ ਆਵੇ ਦੀ ਤੇ ਮਾਫ਼ੀਆਂ ਮੰਗ ਲਾਂਦੇ ਮਹਰਮ ਸ਼ੁਰੂ ਹੋਵੇ ਦਾ ਨਵਾਂ ਸਾਲ ਸ਼ੁਰੂ ਹੋਵੇ ਦਾ ਤੇ ਫਿਰ ਮਾਫ਼ੀਆਂ ਮੰਗ ਲਾਂਦੇ ਸਰ ਜੀ ਮਾਫ਼ੀ ਵਾਸਤੇ ਦੇਖੋ ਨਾ ਜੇ ਤੁਸੀਂ ਕਿਸੇ ਨੂੰ ਤਕਲੀਫ ਦਿੰਦਿਆਂ ਤੁਸੀਂ ਕਿਸੇ ਸਾਲ ਦਾ ਇੰਤਜ਼ਾਰ ਨਹੀਂ ਕਰਦੇ ਜੇ ਤੁਸੀਂ ਕਿਸੇ ਨੂੰ ਉਥਲ ਦਿੰਦਿਆਂ ਤੁਸੀਂ ਨਹੀਂ ਇੰਤਜ਼ਾਰ ਕਰਦੇ ਕਿ ਮਸਲ ਨਵਾਂ ਸਾਲ ਚੜੇ ਤੇ ਤਾਂ ਉਹਨੂੰ ਤੰਗ ਕਰਨ ਜਾ ਕੇ ਠੀਕ ਹੈ ਜੇ ਤੁਸੀਂ ਕਿਸੇ ਨਾਲ ਜ਼ਿਆਦਤੀ ਕਰਦੇ ਆ ਨਵੇਂ ਸਾਲ ਦਾ ਇੰਤਜ਼ਾਰ ਨਹੀਂ ਕਰਦੇ ਤੇ ਸਰ ਜੀ ਮਾਫੀ ਮੰਗਣ ਲੱਗਿਆ ਵੀ ਨਵੇਂ ਸਾਲਾਂ ਦਾ ਇੰਤਜ਼ਾਰ ਨਾ ਕਰਿਆ ਕਰੋ ਉਹਨਾਂ ਸਜਣਾ ਨਾਲ ਵਫਾ ਕਰਿਆ ਕਰੋ ਜਿਹੜੇ ਸਜਣ ਤੁਹਾਡੇ ਨਾਲ ਵਫਾ ਕਰਦੇ ਨੇ ਉਹਨਾਂ ਪਿਆਰਿਆਂ ਨਾਲ ਮੁਹੱਬਤ ਕਰਿਆ ਕਰੋ ਜਿਹੜੇ ਤੁਹਾਡੇ ਨਾਲ ਮੁਹੱਬਤ ਕਰਦੇ ਨੇ ਮੁਹੱਬਤ ਦਾ ਜਵਾਬ ਮੁਹੱਬਤ ਹੀ ਦਿਆ ਕਰੋ ਜਿਹੜਾ ਬੰਦਾ ਤੁਹਾਡੇ ਨਾਲ ਪਿਆਰ ਕਰਦਾ ਹੈ ਜਿਹੜਾ ਬੰਦਾ ਤੁਹਾਨੂੰ ਸੁੱਖ ਦਿੰਦਾ ਹੈ ਉਹਨੂੰ ਤੁਸੀਂ ਵੀ ਸੁੱਖ ਦਿਆ ਕਰੋ ਐਦਾਂ ਨਾ ਜ਼ਿੰਦਗੀ ਜੇ ਤੁਸੀਂ ਯਾਨੀ ਦੇਖੋ ਨਾ ਇੱਕ ਚੀਜ਼ ਅਗਲਾ ਦਿਨ ਦਿੰਦਾ ਨਾ ਬਿਆ ਮੈਂ ਕਹਿੰਨਾ ਕਿ ਅਗਰ ਮੇਰੀ ਮੇਰੀ ਨੈਚਰ ਤਸੀ ਜਾਓ ਤੇ ਅਗਲਾ ਤੁਹਾਨੂੰ ਅਗਰ ਦੁੱਖ ਦਿੰਦਾ ਨਾ ਤੇ ਫਿਰ ਵੀ ਉਹਨੂੰ ਸੁਖੀ ਦੋ ਤੁਸੀਂ ਸਹੀ ਏ ਕਿ ਨਹੀਂ ਦੁਨੀਆ ਉਤੇ ਰਖਤ ਬੰਦਿਆ ਐਸਾ ਬੈਣ ਖਲੋਣ ਕੋਲਵੇਂ ਤੇ ਹਸਣ ਲੋਕੀ ਦੂਰ ਜਾਂਦੇ ਰੋਣ ਜ਼ਿੰਦਗੀ ਅਨਲਿਮਿਟਡ ਐ ਕੋਈ ਪਤਾ ਨਹੀਂ ਨਾ ਤੁਹਾਡਾ ਨਾ ਸਾਡਾ ਕਿਸੇ ਦਾ ਵੀ ਐਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਐਸ ਜ਼ਿੰਦਗੀ ਚ ਜਿਹੜਾ ਤੁਹਾਨੂੰ ਟਾਈਮ ਲੱਭਿਆ ਜਿਹੜਾ ਰੱਬ ਨੇ ਸੁਣਨੇ ਨੇ ਤੁਹਾਨੂੰ ਟਾਈਮ ਦਿੱਤੇ ਐ ਉਹਨੂੰ ਐਸੇ ਤਰੀਕੇ ਨਾਲ گزارਿਆ ਕਰੋ ਕਿ ਦੁਨੀਆ ਤੁਹਾਨੂੰ ਯਾਦ ਕਰੇ ਠੀਕ ਹੈ ਦੇਖੋ ਜੀ ਤੁਹਾਡੇ ਕੋਲ ਕਿਤਨਾ ਪੈਸਾ ਹੈ ਐਦਾਂ ਕਿਸੇ ਬੰਦੇ ਨੂੰ ਕੀ ਲੱਗੇ ਸਹੀ ਹੈ ਤੁਹਾਨੂੰ ਕੋ ਕਿੰਨੀਆਂ ਗੱਡੀਆਂ ਨੇ ਤੁਹਾਡਾ ਕੇ ਸਿਸਟਮ ਹੈ ਐਦਾਂ ਕਿਸੇ ਬੰਦੇ ਨੂੰ ਕੀ ਦਿਲਚਸਪੀ ਹੈ ਸਹੀ ਹੈ ਉਹਨੂੰ ਤੇ ਐਸੀ ਚੀਜ਼ਾਂ ਨਾਲ ਦਿਲਚਸਪੀ ਹੈ ਨਾ ਕਿ ਉਹ ਅਗਰ ਤੁਹਾਨੂੰ ਮਿਲਿਆ ਤੇ ਤੁਸੀਂ ਉਹਨੂੰ ਜੱਫਾ ਮਾਰ ਕੇ ਮਿਲਿਓ ਉਹਨੂੰ ਐਸੀ ਚੀਜ਼ਾਂ ਨਾਲ ਦਿਲਚਸਪੀ ਹੈ ਕਿ ਜੇ ਉਹਦੀ ਕੋਈ ਤਕਲੀਫ ਸੀ ਤੇ ਤੁਸੀਂ ਉਹਦੀ ਤਕਲੀਫ ਵਿੱਚ ਉਹਦੇ ਕੋਲੇ ਖਲੋ ਕੇ ਉਹਨੂੰ ਆਖਿਆ ਵਜਣਿਆ ਮੈਂ ਤੇਰੇ ਕੋਲੇ ਖੜਿਆ ਆਹ ਚਾਹੀਏ ਇਹ ਤੇਰੀ ਮੁਸ਼ਕਲ ਨਹੀਂ ਹੈ ਮੇਰੀ ਮੁਸ਼ਕਲ ਹੈ ਠੀਕ ਹੈ ਸਰ ਜੀ ਦੁੱਖ ਜਿਹੜੇ ਨੇ ਨਾ ਇਹ ਵੰਡਣ ਨਹੀਂ ਹੁੰਦੇ ਆ ਤੁਸੀਂ ਆਖੋ ਨਾ ਵੇ ਦੇਖੋ ਨਾ ਇੱਕ ਬੰਦੇ ਦੀ ਮਾਂ ਮਾਰ ਗਈ ਹੈ ਤੁਸੀਂ ਜਾ ਕੇ ਉਹਦੇ ਕੋਲ ਤਜ਼ੀਏਤ ਕਰਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਮਸਲ ਉਹਦਾ ਦੁੱਖ ਆਖੋ ਨਾ ਜੀ ਉਹ ਮਸਲ ਘਟਦਾ ਹੈ ਤਕਲੀਫ ਹੁੰਦੀ ਲੇਕਿਨ ਕੀ ਹੈ ਉਹਨੂੰ ਇੱਕ ਚੀਜ਼ ਦਾ ਅਹਿਸਾਸ ਬੜੇ ਜਲਦੀ ਬੜਾ ਹੋਵੇਦਾ ਕਿ ਮਸਲਾ ਇਹ ਬੰਦਾ ਮੇਰੇ ਦੁੱਖ ਵਿੱਚ ਬਰਾਬਰ ਦਾ ਸ਼ਰੀਕ ਹੈ ਇਹ ਬੰਦਾ ਮੇਰੇ ਮਸਲੇ ਇਸ ਮਸਲੇ ਵਿੱਚ ਬਰਾਬਰ ਦਾ ਸ਼ਰੀਕ ਹੈ ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਆਪਣੇ ਆਲੇ ਦੋਲੇ ਧਿਆਨ ਰੱਖਿਆ ਕਰੋ ਜਿਹੜੇ ਤੁਹਾਡੇ ਸੱਜਣ ਦੋਸਤ ਨੇ ਜਿਹਨੇ ਤੁਹਾਡੇ ਆਪਣੇ ਰਿਸ਼ਤੇ ਨੇ ਕੁਝ ਐਸੇ ਜਿਹੜੇ ਰੱਬ ਨੇ ਦਿੱਤੇ ਨੇ ਤੁਹਾਨੂੰ ਉਹਨਾਂ ਰਿਸ਼ਤਿਆਂ ਦਾ ਇਤਰਾਮ ਕਰਿਆ ਕਰੋ ਮਾੜੀ ਜੀ ਕਸਰ ਖਾਣ ਨਾਲ ਮੇਰੇ ਆਪਣੇ ਖਿਆਲ ਚ ਕੋਈ ਫਰਕ ਨਹੀਂ ਪੈਂਦਾ ਕਸਰਾਂ ਖਾ ਲਿਆ ਕਰੋ ਠੀਕ ਹੈ ਤੇ ਮੀਆਂ ਸਾਹਿਬ ਨੇ ਆਖਿਆ ਵਾ ਮਾੜਿਆਂ ਨਾਲ ਤੇ ਨਹੀਂ ਬਝਾਂਦੀ ਹੈ ਮੜਿਆਂ ਨਾਲ ਤਿੰਨੀ ਬਚਾਂਦੀ ਐ ਤੇ ਜੇਕਰ ਆਪ ਨਭਾਈਏ ਤੇ ਤਗੜਿਆਂ ਨਾਲ ਨਹੀਂ ਨਿਭਦੀ ਤੇ ਜੇ ਕਸਰਾ ਨਾ ਖਾਈਏ ਕੋਈ ਜਗਾਸੀ ਹੁੰਦੀ ਐ ਜਿਸ ਤੇ ਕਸਰਾ ਵੀ ਖਾਣੀਆਂ ਪੈਂਦੀਆਂ ਨੇ ਠੀਕ ਹੈ ਕਸਰ ਖਾ ਕੇ ਵੀ ਜ਼ਿੰਦਗੀ ਨੂੰ گزارਨ ਦਾ ਅਗਰ ਗੁਰ ਸਿੱਖ ਜਾਂਦੇ ਹੋ ਤੇ ਬੜੀ ਗੱਲ ਹੈ ਅੱਲਾ ਸੋਹਣੇ ਕੀ ਦੁਆ ਹੈ ਕਿ ਨਵਾਂ ਸਾਲ ਜਨਾਬ ਤੁਹਾਡੇ ਵਾਸਤੇ ਖੁਸ਼ੀਆਂ तो आसे लैके आए अल्लाह सोना जड़े बे औलाद ने अल्लाह तूलाद की निमत अदा फरमाए अल्लाह तला जिन्ह शादियां नहीं हुई उन्होंने शादियां हो जा करोने ने बड़ी मुश्किल पैदा की ने क्राइसिस आई है पूरी दुनिया अल्लाह तौला जनाब एस मुर्जी मरज तू सा जान छुए ਤੇ ਅੱਲਾਹ ਤਾਲਾ ਜਨਾਬ ਉਹ ਬੰਦੇ ਜਿਹੜੇ ਇਸ ਵੇਲੇ ਪਾਕਿਸਤਾਨ ਸਾਊਦੀ ਅਰਬ ਤੋਂ ਛੁੱਟੀ ਗਏ ਨੇ ਜਾਂ ਕਿਸੇ ਦੂਜੇ ਮੁਲਕ ਤੋਂ ਛੁੱਟੀ ਗਏ ਨੇ ਤੇ ਆਪਣੇ ਮੁਲਕੇ ਚ ਫਸੇ ਨੇ ਵਾਪਸ ਨਹੀਂ ਆਉਣ ਹੁੰਦਾ ਪਿਆ ਰੱਬ ਤੋਂ ਅਗੇ ਦੁਆ ਹੈ ਕਿ ਜਨਾਬ ਉਹਨਾਂ ਨੂੰ ਖੈਰ ਵਾਫੀਤ ਨਾਲ ਵਾਪਸ ਲੈ ਕੇ ਆਵੇ ਆਪਣੇ ਆਪਣੇ ਕਮਾਂਡੇ ਤੇ ਇੱਕ ਵਾਰੀ ਫਿਰ ਉਹ ਸਰਕਲ ਚੱਲ ਪਵੇ ਗੱਲਾਂ ਬੜੀਆਂ ਹੀ ਆ ਬੜੀਆਂ ਕਰਨ ਵਾਲੀਆਂ ਨੇ ਤੇ ਇਨਸ਼ਾਅੱਲਾ ਫਿਰ ਕਰਦੇ ਰਹਿਣਗੇ ਅੱਲਾਹ ਖੈਰ ਕੀ ਕਰੇ ਇਨਸ਼ਾਅੱਲਾ ਇਕ ਦੋਆ ਇਹ ਕਿ ਬਸ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਤੇ ਆਬਾਦ ਰੱਖੇ ਨਵੇਂ ਸਾਲ ਦਾ ਇੰਤਜ਼ਾਰ ਨਾ ਕਰਿਆ ਕਰੋ ਕਿ ਮੈਂ ਨਵਾਂ ਸਾਲ ਆਵੇਗਾ ਤੇ ਮਾਫੀ ਮੰਗ ਲਾਂਦਾ ਨਾ ਪਤਾ ਨਹੀਂ ਫਿਰ ਮੌਕੇ ਵਿਲਪ ਦੇਣੇ ਕਿ ਨਹੀਂ ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਜੇ ਗਲਤੀ ਅੱਜ ਹੋਈ ਹੈ ਤੇ ਦੂਜੇ ਵਾਰ ਠੀਕ ਹੈ 라ਜ਼িম ਬਹਿ ਕੇ ਵਖਰੇਮ ਬਹਿ ਕੇ ਆਪਣਾ ਖੁਦ ਮੁਹਾਸਬਾ ਕੀਤਾ ਸੋਚਿਆ ਅੱਜ ਤਿਆਰੀ ਕਿਸ ਦੇ ਕਿਸ ਨਾਲ ਕਿਹੜੀ ਕਿਹੜੀ ਚਾਤੀ ਕੀਤੀ ਹੈ ਕਿਨੂੰ ਕਿਨੂੰ ਦਾ ਲਾਇਆ ਹੈ ਠੀਕ ਹੈ ਤੇ ਜਿੰਨੂੰ ਜਿੰਨੂੰ ਦਾ ਲਾਇਆ ਜੇ ਜਿੰਨਾ ਜ਼ਿਆਤੀ ਕੀਤੀ ਜੇ ਦੂਜੇ ਦਰ ਜਾ ਕੇ ਉਹਦੇ ਨਾਲ ਕੋਲੇ ਬੈ ਕੇ ਹੈ ਤੇ ਪਿਆਰ ਨਾਲ ਉਹਨੂੰ ਆਖੋ ਪਾਈ ਮੇਰੇ ਕੋ ਜ਼ਿਆਤੀ ਹੋਈ ਹੈ ਤੇ ਰਾਜੀ ਬਾਜੀ ਠੀਕ ਹੈ ਤੇ ਇਨਸ਼ਾਅੱਲਾ ਭੈਣਾ ਭਰਾਵਾਂ ਆਪਣੇ ਨਾਲ ਪਿਆਰ ਵੰਡਿਆ ਕਰੋ ਸੋਚਿਆ ਕਰੋ ਕਦੇ ਕਿ ਤੁਸੀਂ ਉਹੀ ਭੈਣ ਭਰਾ ਹਨ ਜਿਹੜੇ ਨਿੱਕੇ ਹੁੰਦੇ ਆ ਮਸਲ ਤੁਸੀਂ ਇਕੱਠੇ ਖੇਡਦੇ ਰਹੇ ਅਸਨ ਨਿੱਕੇ ਹੁੰਦੇ ਸੀ ਚੰਗੇ ਤੇ ਮੈਂ ਬੜਾ ਯਾਦ ਹੈ ਮਨ ਨੂੰ ਨਿੱਕੇ ਹੁੰਦੇ ਅਸਨ ਛਰੇ ਤੇ ਚੰਗੇ ਦੇ ਰੋਟੀ ਸਤਨੀ ਅਮੀਰਾ ਨੇ ਤੇ ਕਿੰਨੀ ਅਦਰ ਚਿਕ ਲੈਣੀ ਦੂਜੇ ਨੂੰ ਅਦਰ ਚਿਕਣੀ ਕਿੰਨੇ ਅਦਰ ਕਿਹਨੇ ਮੇਰੀ ਹੈ ਸਕੂਲ ਮੈਂ ਪਹਿਨ ਜਾਣਾ ਦੂਜੇ ਨਾਲ ਮੇਰੇ ਮੈਂ ਪਹਿਲਾਂ ਜਾਣਾ ਯਕੀਨ ਕਰੂ ਬੜੀ ਚਾਸਾ ਹੁੰਦਾ ਜ਼ਿੰਦਗੀ ਵਿੱਚ ਜਦੋਂ ਦਾ ਇਹ ਨਵਾਂ ਸਿਸਟਮ ਆਇਆ ਜਿਹਨਾਂ ਇਹ ਠੀਕ ਹੈ ਸੁਲਤਾਨ ਹੈ ਅੰਦਰ ਮੇਜ਼ ਤੇ ਬੈਠਣ ਜਿੱਦ ਰੋਟੀ ਲੱਭ ਜਾਂਦੀ ਹੈ ਉਹ ਵੀ ਬੜਾ ਕੁਝ ਚੇਂਜ ਹੋ ਗਿਆ ਹੈ ਲੇਕਿਨ ਨਹੀਂ ਉਸ ਜ਼ਿੰਦਗੀ ਚ ਬੜੀ ਚਾਸਾ ਹੀ ਗੈਸ ਦੇ ਨਾਲ ਜਿਹੜੀ ਰੋਟੀ ਪੱਕਦੀ ਹੈ ਐਦਾਂ ਸਵਾਦ ਵੀ ਹੈ ਪਰ ਜਿਹੜੀ ਗੁਹੇਜ਼ ਦੇ ਮਸਲਨ ਪਾਪੜੀਆਂ ਨਾਲ ਜਾਂ ਥਾਪੀਆਂ ਨਾਲ ਮਸਲ ਪੱਕਦੀ ਸੀ ਉਹਦਾ ਇੱਕ ਆਪਣਾ ਸਵਾਦ ਸੀ ਜੇ ਸੱਲੇ ਜਿਹੜੇ ਹੁੰਦੇ ਸਨ ਦੇ ਕਿਹਨਾਂ ਜੇ ਅਲਤ ਆਪਣਾ ਦਿਲਾਂ ਦੇ ਉਹਨਾਂ ਦੀ ਅਗਰ ਅੱਗੇ ਬਲਦੀ ਸੀ ਤਾਂ ਉਹਦੇ ਇੱਕ ਵਕਤ ਇੱਕ ਵੱਖਰੀ ਚਾਸ ਹੁੰਦੀ ਸੀ ਠੀਕ ਹੈ ਕਰਾਚੀ ਟੀਵੀ ਨਹੀਂ ਸਣ ਲੇਕਿਨ ਉਹ ਵਕਤ ਬੜਾ ਚੰਗਾ ਸੀ ਸ਼ਾਮੀ ਬਹਿ ਕੇ ਤੇ ਸਾਰੇ ਇੱਕ ਦੂਜੇ ਨੂੰ ਆਪਣੀਆਂ ਗੱਲਾਂ ਸੁਣਾਉਂਦੇ ਉਹਨਾਂ ਸਮੋਲ ਨੇ ਆ ਕੇ ਸਟੀਵ ਨੇ ਆ ਕੇ ਇਸ ਮੋਬਾਈਲ ਨੇ ਆ ਕੇ ਸੜੀ ਤੋੜ ਕਰ ਛੜੀ ਹੈ ਸਾਰੇ ਕੋ ਟਾਈਮ ਹੀ ਕੋ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦੇ ਦੀ ਗੱਲ ਸੁਣੀਏ ਬੱਚਿਆਂ ਨਾਲ ਜੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਜੋ ਬੰਦੇ ਕਹਿੰਦੇ ਕਹਿੰਦੇ ਤੁਸੀਂ ਉਧਰ ਜਾ ਕੇ ਨੰਮੀ ਨਾਲ ਬਹਿ ਕੇ ਗੱਲ ਕਰ ਲੋ ਡਿਟੀ ਕਰਨੀ ਜੇ ਐਸੇ ਸਾਨੂੰ ਵੀ ਡਿਸਟਰਬ ਕਰਦੇ ਹੋ ਫਿਰ ਸਾਡਾ ਡਰਾਮਾ ਖਚਾਉਂਦੇ ਹੋ ਪੇ ਜਾਂ ਬੱਚਾ ਕੋ ਪਬਜੀ ਖੇਡਦਾ ਹੋਇਆ ਪਿਆ ਬੱਚਿਆਂ ਕੋਲ ਟਾਈਮ ਕੋ ਨਹੀਂ ਹੈ ਇਸ ਜਿਹੜਾ ਸੋਸ਼ਲ ਮੀਡੀਆ ਫੇਸਬੁੱਕ YouTube ਇਹਨੂੰ ਲੋਕ ਇਬਾਦਤ ਸਮਝ ਕੇ ਚੱਕਦੇ ਨੇ ਸਮਝ ਤੋਂ ਬਾਹਰ ਹੈ ਕਿ ਕਿਸ ਤਰ੍ਹਾਂ ਕਿਉਂ ਹੈ ਤੇ ਬਰਹਾਲ ਕੋਸ਼ਿਸ਼ ਕਰਿਆ ਕਰੋ ਆਪਣੇ ਪਿਆਰਿਆਂ ਨੂੰ ਆਪਣੇ ਵਲਦਾਂ ਨੂੰ ਖਾਸ ਕਰ ਟਾਈਮ ਜ਼ਰੂਰ ਦਵਾ ਕਰੋ ਸਰ ਅੱਜ ਉਹਨਾਂ ਨੂੰ ਟਾਈਮ ਕੋਈ ਨਹੀਂ ਦੇਣਾ ਤੇ ਕੱਲ ਨੂੰ ਤੁਹਾਨੂੰ ਵੀ ਕਿਸੇ ਨੂੰ ਟਾਈਮ ਕੋਈ ਨਹੀਂ ਦੇਣਾ ਜੋ ਅੱਜ ਗੱਢਣਾ ਜੇ ਉਹ ਹੀ ਕੱਲ ਵੱਢਣਾ ਜੇ ਜੇ ਵੀ ਕਣਕ ਦਾ ਪਾਣਾ ਜੇ ਤੇ ਕੱਲ ਨੂੰ ਕਣਕ ਹੀ ਲੱਭੇ ਦੀ ਤੇ ਜੇ ਵੀ ਮਸਲ ਤੁਸੀਂ ਉੱਥੇ ਚਾਵਲ ਗੱਢਨੇ ਨੇ ਮੁੰਜੀ ਪਾਣੀ ਹੈ ਤੇ ਫਿਰ ਉੱਥੇ ਮੁੰਜੀ ਲੱਭਣੀ ਹੈ ਤੁਸੀਂ ਕਣਕ ਗੱਢ ਕੇ ਤੇ ਬਾਜਰਾ ਕਦੇ ਨਹੀਂ ਜੇ ਲੱਭਾ ਜਾਂ ਬਾਜਰਾ ਗੱਢਿਆ ਹੋਵੇ ਤੇ ਕਣਕ ਕਿੱਦਣੀ ਜੇ ਲੱਭੀ ਜੋ ਕਰਨਾ ਜੇ ਅੱਜ ਆਪਣੀ ਬੇਬੇ ਦੇ ਪੈਰ ਘੁੱਟਣੇ ਜੇ ਨਾ ਤੇ ਕੱਲ ਨੂੰ ਤੁਹਾਡੇ ਹੀ ਘੁੱਟਣ ਵੜਦੇ ਤੇ ਜੇ ਅੱਜ ਆਪਣੀ ਬੇਬੇ ਨੂੰ ਆਹਣਾ ਜੇ ਮਾਜੀ ਉਸ ਕਮਰੇ ਜਾ ਕੇ ਲੰਮੇ ਪੈਰ ਉਹ ਖੰਘ ਖੰਘ ਲਾਈ ਜੇ ਜਾਂ ਬੇ ਨੂੰ ਕਹਿੰਦੇ ਹੋ ਪੇ ਕਿ ਅਬਾਜੀ ਉਸ ਕਮਰੇ ਚ ਲੰਮੇ ਪੈਰ ਉਹ ਜਾ ਕੇ ਖੰਘ ਤੁਹਾਡੀ ਨੂੰ ਬੜਾ ਤੰਗ ਕੀਤੀ ਹੈ ਨਾ ਸਾਨੂੰ ਸੁਣ ਦਿੰਦੇ ਹੋ ਨਾ ਆਪੂ ਸੁਣਦੇ ਹੋ ਨਿੱਕੇ ਬੱਚੇ ਨੇ ਮੇਰੇ ਉਹਨਾਂ ਨੂੰ ਵੀ ਤੁਸੀਂ ਬਿਮਾਰ ਕਰੋ ਦੇ ਤੇ ਫਿਰ ਭਰ ਕਿ ਤੁਹਾਨੂੰ ਵੀ ਇੰਜ ਹੀ ਕਹਿਣ ਦੇ ਪੱਕੀ ਗੱਲ ਹੈ ਇਹ ਦੁਨੀਆ ਜਿਹੜੀ ਹੈ ਜੋ ਕਰਨਾ ਜੇ ਉਹ ਹੀ ਪਰਣਾ ਜੇ ਜੋ ਗੱਡਣਾ ਜੇ ਉਹ ਹੀ ਵਟਣਾ ਜੇ ਕਦੇ ਵੀ ਆ ਉਮੀਦ ਨਾ ਰੱਖਿਓ ਕਿ ਜੇ ਤੁਸੀਂ ਮਾਂ ਪਿਓ ਨਾਲ ਚੰਗਾ ਨਹੀਂ ਗੁਜ਼ਾਰਿਆ ਤੇ ਤੁਹਾਡਾ ਨਾਲ ਕੋਈ ਚੰਗਾ ਗੁਜ਼ਾਰੇ ਕਦੇ ਵੀ ਉਮੀਦ ਨਾ ਰੱਖਿਓ ਕਿ ਜੇ ਤੁਸੀਂ ਭਰਾ ਦਾ ਦਰਦ ਨਹੀਂ ਵੰਡਾਇਆ ਤੇ ਬਲਕੇ ਮਸਲ ਤੁਹਾਡੇ ਨਾਲ ਵੰਡਾਣ ਹੋਵੇਦਾ ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਥੋੜੀ ਥੋੜੀ ਕਸਰਾਂ ਖਾ ਕੇ ते एक तो एक दूसरे का दर्द बंडाया करो अल्लाह सुने के दुआए करना सोना जाना सा सब दशकों में आसान फरमाए काफ़ी लम्मी वीडियो होगी शॉर्ट जैसे दिल से पैगाम देते लम्मी हो गई है सुनी जे वीडियो तो अपनी राय जरूर दबिया जे कि मसलन मेरिया गलत थोड़ा कैसिया लगियां ठीक है जी मैं थोड़ी राय का इंतजार करा मैं कदें नहीं क्या कि मेरे चैनल में तुम्हें सबसक्राइब करे ठीक है यह भीडियो मैं फेसबुक से भी लोड कराँगा तो यूट्यूब चैनल जरा ओनली फॉर यू ਉੱਥੇ ਵੀ ਅਪਲੋਡ ਕਰਾਂਗਾ ਠੀਕ ਹੈ ਜੀ ਦੋਹਾਂ ਸਾਈਡਾਂ ਤੇ ਹੋਵੇਗੀ ਤੇ ਇੰਤਜ਼ਾਰ ਰਹੇਗਾ ਤੁਹਾਡੇ ਸੱਜਣਾਂ ਦੋਸਤਾਂ ਦਾ ਕਿ ਤੁਸੀਂ ਮਸਲਾ ਉਹਦੇ ਤੇ ਆਪਣੇ ਕਮੈਂਟਸ ਭਾਵੇਂ ਥੋੜੀ ਜਿਹੀ ਦਿਓ رائے ਜ਼ਰੂਰ ਦਵਾ ਕਰੋ ਤੁਹਾਡੀ رائے ਨਾਲ ਪਤਾ ਲੱਗਦਾ ਹੈ ਕਿ ਮੈਂ ਜਿਹੜੀਆਂ ਗੱਲਾਂ ਕੀਤੀਆਂ ਇਹ ਜਿਹੜੀ ਤੁਹਾਨੂੰ ਗੱਲ ਦੱਸੀ ਉਹਦੇ ਵਿੱਚ ਮੈਂ ਕਿੰਨਾ ਕੁ ਸਹੀ ਸੀ ਅਗਰ ਮੇਰੇ ਕੋਈ ਕੋਈ ਗਲਤੀ ਹੋਵੇ ਤੇ ਐਡਵਾਂਸ ਪਹਿਲੇ ਮਾਫੀ ਮੰਗ ਲੈਣਾ ਅੱਲਾਹ ਤਾਲਾ ਜਨਬ ਤੁਹਾਨੂੰ ਖੁਸ਼ ਤੇ ਆਬਾਦ ਰੱਖੇ ਨਵੇਂ ਸਾਲ ਦੀਆਂ ਤੁਹਾਨੂੰ ਚੋਕੀਆਂ ਚੋਕੀਆਂ ਮੁਬਾਰਕਾਂ 21 ਤੋ ਬਾਈ ਹੋ ਗਿਆ ਹੈ ये भाई जड़ा अल्लाह करे थोड़ी जिंदगी आसे तो खुशियाँ लैके आवे अल्लाह करे जनाब सब मुश्किल आसान फरमाए मेरा सोना रब इन शुआ याद रखा जे इनशाला मुलाकात हो नदी किनारे बुल बुल बैठी तो भैन सुनहरी जोड़ा जिंदगी रही तो फिर मिला दिल नहीं करना थोड़ा इनशा अगर रब ने तो जिंदगी ने वफा दी रब ने मौका दिता तो जिंदगी ने वफा दी ਤੁਹਾਨੂੰ ਫਿਰ ਮਿਲਾਂਗੇ ਫਿਰ ਤੁਹਾਡਾ ਗੱਪਸ਼ਪ ਲਾਵਾਂਗੇ 19 ਦੇ ਤੱਕ ਜਰਾ ਸੋਣੇ ਰੱਬ ਦੇ ਵਾਲੇ ਅੱਲਾ ਹਫਜ਼